ਸ਼ੁਰੂ ਹੋਇਆ ਹੈ ਕਹਿੰਦਾ ਬੜਾ ਔਖਾ ਹੈ ਭਲਵਾਨੀ ਵਾਲਾ ਰਾਹ ਮਿੱਤਰੋ ਛੱਡਣੇ ਪੈਂਦੇ ਆ ਸਾਰੇ ਚਾ ਮਿੱਤਰੋ ਐਵੇਂ ਨੀ ਕੋਈ ਰੁਸਤ ਮੈਂ ਹਿੰਦ ਬਣ ਜਾਂਦਾ ਕਿ ਟੱਪਣੇ ਪੈਂਦੇ ਆ ਔਖੇ ਬੜੇ ਰਾਹ ਮਿੱਤਰੋ ਕਿ ਟੱਪਣੇ ਪੈਂਦੇ ਆ ਔਖੇ ਬੜੇ ਰਾਹ ਮਿੱਤਰੋ ਬੜੇ ਔਖੀਆਂ ਮਿਹਨਤਾਂ ਲੱਗਦਾ ਤਾਂ ਵੀਰ ਮਹਾਰਾਜ ਕੀ ਬਈ ਠੀਕ ਜਿਹੜੀ ਹੈ 19 ਮਿੰਟ
ਸਿੰਘ ਪਹਿਲਵਾਨ ਜੀ, ਚਿੱਟੇ ਰੰਗ ਦਾ ਲੰਗੋਟ ਹੈ ਗੁਰਪ੍ਰੀਤ ਰਾਜਸਥਾਨ, ਕਾਲੇ ਰੰਗ ਦਾ ਲੰਗੋਟ ਹੈ, 15 ਮਿੰਟ ਦਾ ਸਮਾਂ ਪਹਿਲਾਂ ਹੈ ਤੇ ਫੈਸਲਾ ਜਿੱਤ ਪੱਟ, ਬੇਨਤੀ ਹੈ ਇੱਧਰ ਛਡਾ ਦਿਓ ਜੀ ਇਹਨਾਂ ਨੂੰ, ਇਹਨਾਂ ਨੂੰ ਪੁਆਇੰਟ ਤੇ ਕਰਾ ਦਿਓ ਜੀ, ਉਸਤਾਦ ਜੀ ਇਹਨਾਂ ਦਾ ਪੁਆਇੰਟ ਤੇ ਕਰਾ ਦਿਓ, 20 ਮਿੰਟ ਕੁਸ਼ਤੀ ਹੋ ਗਈ ਇਹਨਾਂ ਦੀ ਵੀ ਬਹੁਤ ਜਾਣ ਲੱਗੀ ਹੈ। ਉੱਧਰ ਪਵਨ ਪਠਾਨੀਆ ਜੀ ਬਿਲਕੁਲ ਖੁਸ਼ ਹੈ, ਦੋਨਾਂ ਕੁਸ਼ਤੀਆਂ ਤੋਂ ਖੁਸ਼ ਹੈ, ਵਾਜਰਾ ਮੇਰੀ ਸਾਹ ਰਾਏਸਰੀ ਅਖਾੜਾ ਜਿੱਥੋਂ ਮਰਨ ਪਰਵਾਨ ਨੇ ਬਹੁਤ ਹੀ ਸ਼ਾਨਦਾਰ ਕੁਸ਼ਤੀ ਟਿਕਾਈ ਹੈ। ਰਜ਼ਾਕ ਹੱਥ ਖੜਾ ਕਰ ਤੂੰ ਪਹਿਲਵਾਨ ਜੀ, ਰਜ਼ਾਕ ਪਹਿਲਵਾਨ ਮਲੇਰਕੋਟਲਾ ਤੇ ਇਰਫਾਨ ਜੰਮੂ। 15 ਮਿੰਟ ਦਾ ਸਮਾਂ, ਕੁਸ਼ਤੀ ਹਾਰ ਪਾਰ ਦੀ, ਕੁਸ਼ਤੀ ਜਿੱਤ ਹਾਰ ਦੀ, ਕਹਿੰਦਾ ਵਿੱਚ ਕਤੋੜ ਦੇ ਮੇਲਾ ਲੱਗਿਆ, ਦਰਸ਼ਕ ਆਏ ਦੂਰੋਂ ਨੇੜੇ ਸਾਰੇ, ਦਸਵੰਧ ਕੱਢ ਕੇ ਸੇਵਾਵਾਂ ਦਿੱਤੀਆਂ, ਬੁਲਾਏ ਮਲ ਅਖਾੜੇ, ਅੱਜ ਕਤੋੜ ਦੀ ਧਰਤੀ ਤੇ ਲੱਗਦੇ ਸਤਿਗੁਰ ਦੇ ਜੈਕਾਰੇ, ਲੱਗਦੇ ਸਾਹਿਬ ਦੇ ਜੈਕਾਰੇ। ਸੋ ਜੈ ਕਰਾਉਣ ਦੇ ਲਈ ਕਦੇ ਮਿਹਨਤ ਕਰਨੀ ਪੈਂਦੀ ਹੈ, ਕਮੇਟੀ ਨੇ ਮਿਹਨਤ ਕੀਤੀ ਹੈ, ਜੈਕਾਰੇ ਹੈ, ਜੈ ਜੈ ਸ਼੍ਰੀ ਰਾਮ। ਰਾਮ ਭਗਤ ਹਨੂੰਮਾਨ ਦਾ ਜਿਹੜਾ ਪ੍ਰਤੀਕ, ਬਲ ਦਾ ਪ੍ਰਤੀਕ, ਇੱਕ ਪੰਜਾਬ ਦਾ ਬਿਲੋਂਗ ਕਰਦਾ, ਇੱਕ ਜੰਮੂ ਨੂੰ, ਸੋ ਮੁਕਾਬਲਾ ਸਮੀ ਫਾਈਨਲ ਦੇ ਲਈ ਹੈ। ਕਿਹੜੇ ਰਾਹੇ ਤੁਰ ਪਈਆਂ ਨੇ ਕੱਚੀਆਂ ਜਵਾਨੀਆਂ, ਉਹ ਸੋਨੇ ਦੀ ਚਿੜੀ ਨੂੰ ਲੱਗੀ ਨਜ਼ਰ ਕਲੈਣੀ ਕਿਹਦੀ, ਨਸ਼ਿਆਂ ਦੀ ਅੱਗ ਵਿੱਚ ਮੱਚੀਆਂ ਜਵਾਨੀਆਂ, ਕਿ ਜਿਉਂਦੇ ਰਹਿਣ ਦੰਗਲ ਕਰਾਉਣ ਵਾਲੇ ਵੀਰ ਸਾਰੇ, ਜਿਨ੍ਹਾਂ ਦੀ ਬਦੌਲਤ ਇਹ ਬਚੀਆਂ ਜਵਾਨੀਆਂ, ਸੱਜੀ ਮੋੜ ਦੇ ਦੋ ਭਾਗਾਂ ਵਾਲੜਾ ਜਦੋਂ ਜਿੱਤ ਠੱਗਾ ਪੱਟਿਆ ਏ ਤੇ ਰਜ਼ਾਕ ਜਿਹੜਾ ਮਲੇਰਕੋਟਲੇ ਵਾਲਾ ਜਿੱਤ ਪ੍ਰਾਪਤ ਕਰ ਗਿਆ ਏ, ਜਿੱਤ ਪ੍ਰਾਪਤ ਕਰ ਗਿਆ ਏ। ਆ ਵੀ ਰੰਗ ਦੇ ਨੀ ਕੈਪ ਹੈ ਤਾਰਕ ਜੰਮੂ, ਆ ਵੀ ਲਾਲ ਰੰਗ ਦਾ ਲੰਗੋਟ ਹੈ, ਕਾਲੇ ਰੰਗ ਦੇ ਨੀ ਕੈਪ ਹੈ, ਆ ਵੱਡੀ ਮਾਲੀ ਦਾ ਸਮੀ ਫਾਈਨਲ ਖੇਡ ਦੇ ਮੈਦਾਨ ਚ ਸ਼ੁਰੂ ਹੋਣ ਜਾ ਰਿਹਾ।
प्राप्त कर गया है, बहुत ही शानदार। तो योग के नाम भी बहुत है, सानू तो नामा का पता नहीं है, बच्ची तो योग कर रही है, सानू नाम नहीं पता केड़े केड़े है। बहुत बहुत धन्यवाद है। सो योग कला बहुत ही शानदार, तालियां तालियां, क्या बात है, क्या बात है। उम्र छोटी है पर तजर्बा, पर कला बड़ी है, बहुत बड़ी कला है और बहुत ही बढ़िया। ये भी तपस्या वाला काम है, शरीर को रबड़ बनाओ, क्योंकि मन की पावर है। चाहे मन आपां लोहा बना लिए, भावे शरीर को रबड़ बना लिए, ये साढ़े मन पर डिपेंड करता है। जे आप मन कैसे भी रहनी चाहिए, जिनी छोटी उम्र है उन्नी बड़ी कला है, उन्ना वा हौसला है। ਸੋਤੀ ਦਾ ਟਾਈਮ ਵੀ ਹੋ ਗਿਆ, ਥੋੜ੍ਹੀ ਤਾੜੀਆਂ ਨਾਲ ਆਪਣਾ ਵੀ ਜਿਹੜਾ ਕਹਿੰਦੇ ਨਾ ਤਨ ਮਨ ਖੁਸ਼ ਕਰ ਲਿਓ, ਤਾੜੀਆਂ ਜ਼ਰੂਰ ਬਾਜੀ। ਬਹੁਤ ਹੀ ਸ਼ਾਨਦਾਰ, ਬਹੁਤ ਸ਼ਾਨਦਾਰ। ਸਵਸਤਿਕਾ ਠਾਕੁਰ, ਜਿੰਨੀ ਛੋਟੀ ਉਮਰ ਹੈ ਉਹਨਾਂ ਵੱਡਾ ਨਾਮ, ਬਹੁਤ ਹੀ ਸ਼ਾਨਦਾਰ ਪਰਫੋਰਮ। ਯੋਗ ਹਾਂਜੀ, ਕਿਉਂਕਿ ਸਾਵਰ ਦੇ ਸੂਰਜ, ਇਹ ਸਾਵਰ ਦੇ ਸੂਰਜ ਨੇੜੇ ਆ ਜਾਓ, ਮੇਰਾ ਵੀ ਇੰਤਜ਼ਾਰ ਹੋ ਗਏ। ਔਰ ਸਾਹਿਬ ਛੋਟੇ ਮੁਕਾਬਲੇ ਹੈ, ਗਿਆਰਵੇਂ ਚੌਵੇਂ ਸੈਮੀ ਫਾਈਨਲ ਦੇ ਮੁਕਾਬਲੇ। ਤਾੜੀ ਮਾਰ ਦਿਓ, ਤਾੜੀ ਮਾਰ ਦਿਓ, ਤਾੜੀ ਮਾਰ ਦਿਓ ਸਾਰੇ, ਤਾੜੀਆਂ ਮਾਰ ਦਿਓ ਇੱਕ ਬੱਚੀ ਲਈ। ਅਤੇ ਯੋਗ ਬਹੁਤ ਹੀ ਅੱਛਾ ਸਵਾਲ ਸੀ ਦਿਖਾਇਆ। 13 ਅਪ੍ਰੈਲ ਵੱਡਾ ਦੰਗਲ ਲਦਰੋ ਦੀ ਧਰਤੀ ਤੇ, ਜਿੱਥੇ ਵਿਸ਼ੇਸ਼ ਆਕਰਸ਼ਣ ਹੈ, ਜਿਹੜਾ 7 ਅਖਾੜੇ ਬੁਲਾਏ ਹੋਏ ਆ, ਸਿੱਧੀਆਂ ਗੋਸ਼ਟੀਆਂ ਦੇ ਸਿੱਧੇ ਪਟਾਕੇ ਪੈਣੇ ਆ। ਵੱਡਾ ਬਜਟ, ਵੱਡੇ ਮਾਲੀ, ਯੁੱਧ ਛੇਵੇਂ ਮੈਦਾਨ ਵਿੱਚ ਹੋਣੇ ਆ। ਗੱਲਾਂ ਤਲਵਾਰ ਨਹੀਂ, ਆਓ ਜੀ। ਸੂਰਜ ਸਾਡੇ ਸੰਜੂ ਭਰਾ ਤੇ ਵਿਪਨ ਭਰਾ ਜੀ ਖੁੱਲੇ ਸੱਦੇ ਦਿੰਦੇ ਆ, ਖੁੱਲੇ ਸੱਦੇ ਦਿੰਦੇ ਸਾਰੇ ਦਰਸ਼ਕ ਦੇ ਨੋਟ ਕਰ ਮਲ ਨੋਟ ਕਰਿਓ ਬਈ ਇੱਧਰ ਲਾਓ ਦਾ ਪੇਚ
ਹੈ, ਫਾਈਨਲ ਦੀ ਟਿਕਟ ਪੱਕੀ ਹੋਈ ਹੈ। ਪ੍ਰਿਤਪਾਲ ਦੀਆਂ ਗੱਲਾਂ ਘਰ ਘਰ ਹੁੰਦੀਆਂ, ਰੰਗੀਆਂ ਦਾ ਰੁਪਲ ਸਟਾਰ ਮੱਲ ਹੈ, ਕਮਲਜੀਤ ਡੁੱਬ ਸ਼ੇਰੀ ਵਾਲਾ ਵੀ ਲੰਮੀ ਰੇਸ ਵਾਲਾ ਮੱਲ ਹੈ, ਕਹਿੰਦੇ ਪ੍ਰਿੰਸ ਕੋਹਾਲੀ ਵਿੱਚ ਜਾਨ ਬਣੀ ਹੈ। ਟਿਕਟ ਪੱਕੀ ਕਰ ਗਿਆ ਸਾਬਰ ਤੇ ਸੁਰ। ਬੱਲੇ ਬੱਲੇ ਸਬਰ ਕਰੋ, ਕੁਝ ਹੀਲਾ ਕੁਝ ਵਸੀਲਾ, ਕਿਉਂਕਿ ਫਾਈਨਲ ਦੀ ਟਿਕਟ ਪੱਕੀ। ਗੁਰਪ੍ਰੀਤ ਜਿਹੜਾ ਜਿੱਤ ਪ੍ਰਾਪਤ ਕਰ ਗਿਆ ਏ, ਫਿਰ ਰਮਾਲੀ ਲੰਗੋ।